ਜੀ, ਪਿਛਲੇ ਕੁਝ ਦਿਨ ਜਿਹੜਾ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲਾ ਗਿਆ ਸੀ ਔਰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਸੀ, ਪਰ ਕੱਲ੍ਹ ਫਿਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚਲਾ ਗਿਆ। ਕੱਲ੍ਹ ਦਾ ਡੇ ਟਾਈਮ ਟੈਂਪਰੇਚਰ 40.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਸੀ। ਸੋ ਇਹ ਲਗਭਗ 3.4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 30.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਹੈ। ਸੋ ਇਹ ਵੀ ਲਗਭਗ 3.2 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਾਨ ਜਿਹੜਾ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਹੇ ਨੇ ਔਰ ਫਿਰ ਇੱਕ ਵਾਰੀ ਥੋੜ੍ਹੀਆਂ ਹੀਟ ਵੇਵ ਕੰਡੀਸ਼ਨਸ ਅਸੀਂ ਓਬਜ਼ਰਵ ਕਰ ਸਕਦੇ ਹਾਂ, ਕਿਉਂਕਿ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚਲਾ ਗਿਆ। ਆਉਣ ਵਾਲੇ 1-2 ਦਿਨ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ, ਥੋੜ੍ਹੀ ਹੀਟ ਵੇਵ ਹੀ ਬਣੇ ਰਹਿਣ ਦੀ ਪ੍ਰਡਿਕਸ਼ਨ ਹੈ, ਬਟ ਉਹਦੇ ਤੋਂ ਬਾਅਦ 27 ਤਰੀਕ ਤੋਂ ਜਿਹੜਾ ਰੀਜਨ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਜ਼ਰੂਰ ਹੋ ਸਕਦੀ ਹੈ ਔਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਤੋਂ ਸਾਨੂੰ ਥੋੜ੍ਹੀ ਰਾਹਤ ਮਿਲ ਸਕਦੀ ਹੈ। ਬਿਲਕੁਲ ਜੀ, ਕਿਉਂਕਿ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਅਸੀਂ ਦੇਖਿਆ ਸੀਗਾ ਕਿ ਇਸੇ ਤਰ੍ਹਾਂ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਸੀ, ਬਟ ਵਿੱਚ 2-3 ਦਿਨ ਜਿਹੜਾ ਥੋੜ੍ਹੀ ਟੈਂਪਰੇਚਰ ਦੇ ਵਿੱਚ ਗਿਰਾਵਟ ਆ ਗਈ ਸੀ ਔਰ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲਾ ਗਿਆ ਸੀ, ਪਰ ਕੱਲ੍ਹ ਫਿਰ 40.6 ਡਿਗਰੀ ਸੈਂਟੀਗ੍ਰੇਡ ਹੋ ਗਿਆ ਔਰ ਹੁਣ ਵੀ 2 ਦਿਨ ਜਿਹੜਾ ਹੀਟ ਵੇਵ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ, ਬਟ ਉਹਦੇ ਤੋਂ ਬਾਅਦ ਸਾਨੂੰ ਜ਼ਰੂਰ ਥੋੜ੍ਹੀ ਰਾਹਤ ਮਿਲ ਸਕਦੀ ਹੈ, ਕਿਉਂਕਿ 27 ਤਰੀਕ ਤੋਂ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਫਿਰ ਇੱਕ ਵਾਰੀ ਰੀਜਨ ਦੇ ਵਿੱਚ ਹੋ ਸਕਦੀ ਹੈ। ਜੀ, ਅੱਜ ਔਰ ਕੱਲ੍ਹ ਹੀਟ ਵੇਵ ਵਾਸਤੇ ਜਿਹੜਾ ਯੈਲੋ ਅਲਰਟ IMD ਵੱਲੋਂ ਜਾਰੀ ਕੀਤਾ ਗਿਆ, ਉਹਦੇ ਤੋਂ ਬਾਅਦ ਕੋਈ ਅਲਰਟ ਨਹੀਂ ਹੈ ਔਰ ਜਿਹੜੀ ਲਾਈਟ ਬਾਰਿਸ਼ ਦੀ ਪ੍ਰਿਡਿਕਸ਼ਨ 27 ਤਰੀਕ ਤੋਂ ਹੈ। ਜੀ, ਫਿਲਹਾਲ ਤਾਂ ਕਿਉਂਕਿ 2 ਦਿਨ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰਿਡਿਕਸ਼ਨ ਹੀ ਹੈ, ਸੋ ਅਸੀਂ ਸਾਰਿਆਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਕਿ 11 ਤੋਂ 4 ਵਜੇ ਦੇ ਵਿੱਚ ਬੜੇ ਇੰਟੈਂਸ ਹੀਟ ਆਰਸ ਹੁੰਦੇ ਨੇ, ਉਹਨਾਂ ਨੇ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਨਾ ਉਹਨੂੰ ਥੋੜ੍ਹਾ ਇਸ ਤਰ੍ਹਾਂ ਪਲਾਨ ਕਰਨ ਕਿ 11 ਵਜੇ ਤੋਂ ਪਹਿਲਾਂ ਕਰ ਲੈਣ ਜਾਂ ਫਿਰ 4 ਵਜੇ ਤੋਂ ਬਾਅਦ ਕਰ ਲੈਣ, ਔਰ ਜਿਹੜੀਆਂ ਸੈਂਸਿਟਿਵ ਕ੍ਰੋਪਸ ਉਹਨਾਂ ਨੇ ਅੱਜ ਕੱਲ੍ਹ ਖੇਤਾਂ ਦੇ ਵਿੱਚ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਹਲਕਾ ਪਾਣੀ ਜਿਹੜਾ ਸਵੇਰੇ ਜਾਂ ਸ਼ਾਮ ਦੇ ਟਾਈਮ 'ਤੇ ਉਹਨਾਂ ਨੂੰ ਦੇ ਦੇਣਾ ਚਾਹੀਦਾ, ਕਿਉਂਕਿ ਆਉਣ ਵਾਲੇ ਜਿਹੜੇ 2 ਦਿਨ ਨੇ ਇਹਨਾਂ ਦੇ ਵਿੱਚ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰਿਡਿਕਸ਼ਨ ਹੈ ਔਰ ਇਹਦੇ ਵਾਸਤੇ IMD ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ, ਪਰ ਇਹਦੇ ਤੋਂ ਬਾਅਦ ਸਾਨੂੰ ਹੀਟ ਵੇਵ ਤੋਂ ਰਿਲੀਫ ਮਿਲ ਸਕਦਾ ਹੈ ਔਰ 27 ਤਰੀਕ ਤੋਂ ਹਲਕੀ ਬਾਰਿਸ਼ ਵੀ ਜਿਹੜੀ ਪ੍ਰਿਡਿਕਟਿਡ ਹੈ, ਸੋ ਉਹਦੇ ਨਾਲ ਇੱਕ ਵਾਰੀ ਸਾਰਿਆਂ ਨੂੰ ਕਾਫੀ ਰਿਲੀਫ ਮਿਲ ਸਕਦਾ ਔਰ ਜਿਹੜਾ ਫਸਲਾਂ ਨੂੰ ਅੱਜ ਕੱਲ੍ਹ ਜਿਵੇਂ ਪਾਣੀ ਦੀ ਬਹੁਤ ਲੋੜ ਆ ਉਹਦੇ ਵਿੱਚ ਵੀ ਉਹਦੀ ਥੋੜ੍ਹੀ ਹੈਲਪ ਹੋ ਸਕਦੀ ਹੈ। ਆਮ ਲੋਕਾਂ ਨੂੰ ਵੀ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਜੀ ਕਿ ਜਿਹੜੇ ਹੁਣ 2 ਦਿਨ ਨੇ ਫਿਰ ਹੀਟ ਵੇਵ ਕੰਡੀਸ਼ਨਸ ਵਾਲੇ ਨੇ, ਸੋ ਸਾਰਿਆਂ ਨੂੰ 11 ਵਜੇ ਤੋਂ 4 ਵਜੇ ਦੇ ਵਿੱਚ ਜਿਹੜੇ ਇੰਟੈਂਸ ਹੀਟ ਆਰਸ ਹੁੰਦੇ ਨੇ ਉਹਨਾਂ ਦੇ ਵਿੱਚ ਡਾਇਰੈਕਟ ਐਕਸਪੋਜਰ ਅਵੋਇਡ ਕਰਨਾ ਚਾਹੀਦਾ, ਘਰਾਂ ਤੋਂ ਬਾਹਰ ਤਾਂ ਹੀ ਜਾਓ ਜੇ ਬਹੁਤ ਜ਼ਰੂਰੀ ਆ, ਅਦਰਵਾਈਜ਼ ਗੁਰੇਜ਼ ਕਰੋ, ਔਰ ਸਾਰਿਆਂ ਨੂੰ ਹੈਲਦੀ ਔਰ ਨਿਊਟ੍ਰੀਸ਼ੀਅਸ ਡਾਈਟ ਲੈਣੀ ਚਾਹੀਦੀ ਹੈ, ਲਿਕੁਇਡਸ ਵੱਧ ਤੋਂ ਵੱਧ ਲੈਣੇ ਚਾਹੀਦੇ ਨੇ, ਆਪਣੀ ਬਾਡੀ ਨੂੰ ਹਾਈਡਰੇਟਿਡ ਰੱਖੋ ਤਾਂ ਕਿ ਹੀਟ ਸਟ੍ਰੈਸ ਦਾ ਸਿਹਤ 'ਤੇ ਕੋਈ ਨੁਕਸਾਨ ਨਾ ਹੋ ਸਕੇ। ਮੌਸਮ ਦਾ ਤੁਹਾਨੂੰ ਪਤਾ ਹੀ ਹੈ ਹੁਣ, ਕਿਉਂਕਿ ਪਹਿਲਾਂ 3-4 ਦਿਨ ਪਹਿਲਾਂ ਮੌਸਮ ਬਹੁਤ ਵਧੀਆ ਸੀਗਾ, ਹੁਣ ਉੱਦਾਂ ਹੀ ਫਿਰ ਜਿੱਦਾਂ ਕਹਿ ਲਈਏ ਆਪਾਂ ਵੀ ਮੀਂਹ ਆਇਆ ਨਹੀਂ ਹੈਗਾ, ਇਸ ਵਾਰ ਬਾਰਿਸ਼ ਹੋਈ ਨਹੀਂ ਹੈਗੀ, ਇਸ ਕਰਕੇ ਫਿਰ ਗਰਮੀ ਦਾ ਬਹੁਤ ਜ਼ਿਆਦਾ ਹੈ ਅਤੇ ਕਿਸਾਨਾਂ ਨੂੰ ਇਸ ਵਿੱਚ ਬਹੁਤ ਮੁਸ਼ਕਲ ਆ ਰਹੀਆਂ ਨੇ, ਝੋਨਾ ਲਗਾਉਣਾ ਉਹਨਾਂ ਨੇ, ਅਗਰ ਮੀਂਹ ਪਵੇਗਾ ਤਾਂ ਹੀ ਉਹਨਾਂ ਨੂੰ ਥੋੜ੍ਹੀ ਬਹੁਤੀ ਰਾਹਤ ਮਿਲੇਗੀ, ਅਤੇ ਇਸ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਹੈ, ਕੰਮਾਂ ਕਰਨ ਲਈ ਕਿੰਨਾ ਮੁਸ਼ਕਿਲ ਹੈ, ਬਹੁਤ ਔਖਾ ਹੈ ਸਰ। ਆਪਣਾ ਸਵੇਰ ਤੁਸੀਂ ਹੁਣ ਟਾਈਮ ਦੇਖ ਲਓ ਕਿੰਨਾ ਹੋ ਗਿਆ, ਬਹੁਤ ਹੀ ਜ਼ਿਆਦਾ ਗਰਮੀ ਆ, ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ, ਲੋਕ ਆਪਣੇ ਕੰਮਾਂ ਕਾਰਾਂ 'ਤੇ ਵੀ ਨਹੀਂ ਜਾ ਰਹੇ ਇੰਨੀ ਗਰਮੀ ਕਰਕੇ ਜੀ, ਸ਼ਾਮ ਟਾਈਮ ਲੋਕ ਆਪਣਾ ਜੋ ਵੀ ਕੰਮ ਹੈ ਉਹ ਕਰਨ ਬਾਹਰ ਨਿਕਲਦੇ ਨੇ,
ਬਾਈ ਦੀ ਤਾਂ ਬਹੁਤ ਔਖਾ ਹੋਇਆ ਪਿਆ। ਜਦੋਂ ਧੁੱਪ ਨਿਕਲਣਾ ਤਾਂ ਮੂੰਹ ਸਿਰ ਬੰਨ੍ਹ ਕੇ ਨਿਕਲਣਾ ਪੈਂਦਾ। ਹਾਂਜੀ ਹਾਂ ਸਰ, ਬਹੁਤ ਔਖਾ ਹੈ। ਤੁਸੀਂ ਦੇਖੋ ਵੀ ਕਿੱਦਾਂ ਸ਼ੀਤ ਲਹਿਰ ਚੱਲ ਰਹੀ ਆ, ਬਹੁਤ ਔਖਾ ਹੋਇਆ ਪਿਆ। ਕੋਈ ਜਿਨ੍ਹਾਂ ਨੇ ਕੋਈ ਵਿਚਾਰੇ ਮਜ਼ਦੂਰ ਨੇ ਉਹੀ ਬਾਹਰ ਨਿਕਲ ਰਹੇ ਨੇ ਬਾਈ ਦੀ ਤਾਂ ਸਰ ਕੋਈ ਲੂ ਲੱਗਦਾ ਵੀ ਦੁਪਹਿਰ ਵੇਲੇ ਲੂ ਚੱਲਦੀ ਹੈ। ਹਾਂਜੀ ਹਾਂ ਸਰ, ਬਹੁਤ ਸਰ। ਤੁਸੀਂ ਹੁਣ ਦੇਖੋ ਕਿੰਨਾ ਟਾਈਮ ਹੋ ਗਿਆ ਜੀ, ਹੁਣ ਦੇਖੋ ਕਿੰਨੀ ਲੂ ਚੱਲ ਰਹੀ ਹੈ, ਕਿੰਨੀ ਗਰਮੀ ਹੈ ਸਰ, ਬਹੁਤ ਔਖਾ ਹੋਇਆ ਪਿਆ ਸਰ। ਅੱਛਾ, ਜਿੱਦਾਂ ਮੌਸਮ ਲੱਗਦਾ ਵੀ ਆ ਪਿਛਲੇ ਸਾਲ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸੀ, ਇੰਨਾ ਮੀਂਹ ਪਿਆ, ਪਰ ਐਤਕੀ ਇੱਕਦਮ ਮੌਸਮ ਇੱਕਦਮ ਹੀ ਚੇਂਜ ਹੈ, ਬਿਲਕੁਲ ਹੀ ਡਰਾਈ ਹੈ ਵੈਦਰ। ਜੀ ਜੀ ਲੱਗਦਾ ਕਿ ਗਲੋਬਲ ਵਾਰਮਿੰਗ ਕਿਤੇ ਨਾ ਕਿਤੇ ਵਾਤਾਵਰਨ 'ਚ ਤਬਦੀਲੀਆਂ ਜਿਹੜੀਆਂ ਨੁਕਸਾਨ ਹੋ ਰਿਹਾ। ਹਾਂਜੀ ਹਾਂ ਸਰ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਤੁਸੀਂ ਦੇਖੋ ਸਰ ਵੀ ਜਿਹੜੇ ਆਪਾਂ ਲੋਕ ਅੱਗ ਲਗਾ ਰਹੇ ਨੇ ਜਾਂ ਆਪਣੇ ਦਰਖਤ ਆਪਣੇ ਕੱਟ ਰਹੇ ਨੇ ਜੀ, ਇਹ ਚੀਜ਼ ਕਰਕੇ ਸਰ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।